ਪੰਜਾਬ ਪੁਲਿਸ ਦੀ ਐਸਟੀਐਫ ਟੀਮ ਨੇ ਫਿਰੋਜ਼ਪੁਰ ਤੋਂ 4 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ 'ਚੋਂ 2 ਕਿਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨਪੁੱਟ ਦੇ ਆਧਾਰ 'ਤੇ ਐਸਆਈ ਛਿੰਦਰਪਾਲ ਦੀ ਅਗਵਾਈ 'ਚ ਜਿਹੜਾ ਟੀਮ ਨੇ ਮਨਜੀਤ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਨੂੰ ਕਾਬੂ ਕੀਤਾ ਸੀ, ਜਿਹਦੇ 'ਚ ਐਸਐਸਓ ਸੀ ਫਾਜ਼ਿਲਕਾ ਪਰਚਾ ਦਰਜ ਕਰਕੇ ਅਤੇ ਉਹਦੀ ਪੁੱਛਗਿੱਛ 'ਚ ਆਇਆ ਕਿ ਇਹਦੇ ਨਾਲ ਸ਼ਰਮਾ ਸਿੰਘ ਅਤੇ ਉਹਦੇ ਭਰਾ ਜਿਹੜੇ ਕਿ ਟਾਹਲੀਵਾਲ ਦੇ ਰਹਿਣ ਵਾਲੇ ਆ, ਉਹ ਕਾਫੀ ਦੇਰ ਤੋਂ ਪਾਕਿਸਤਾਨ ਦੇ ਮਸ਼ਹੂਰ ਸਮਗਲਰ ਜਿਹੜੇ ਆ ਉਹਨਾਂ ਕੋਲ ਸਮਾਨ ਮੰਗਾ ਕੇ ਅਤੇ ਵੱਖ ਵੱਖ ਮਾਝੇ, ਮਾਲਵੇ ਅਤੇ ਪੰਜਾਬ ਦੇ ਹੋਰ ਹਿੱਸਿਆਂ 'ਚ ਜਿਹੜਾ ਸਪਲਾਈ ਕਰਦੇ ਆ। ਇਹ ਸਾਡੇ ਕੋਲ ਇਨਪੁੱਟ ਸੀ ਜਿਹਦੇ ਆਧਾਰ 'ਤੇ ਉਹਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਔਰ ਨਾਲ ਹੀ ਜਿਹੜਾ ਹੈਗਾ ਉਹਨਾਂ ਦੂਜਿਆਂ ਨੂੰ ਵੀ ਕਾਬੂ ਕੀਤਾ ਔਰ ਅੱਜ ਉਹਨਾਂ ਦੀ ਪੁੱਛਗਿੱਛ ਦੇ ਆਧਾਰ 'ਤੇ 2 ਕਿਲੋ 50 ਗ੍ਰਾਮ ਚੌਂਕੀ ਬੀਓਪੀ ਹੈਗੀ ਆ ਜੱਲੋ ਕੇ ਆਪਣੇ ਮਮਦੋੜ ਦੇ ਨਾਲ, ਉੱਥੋਂ ਜਿਹੜਾ ਹੈ ਰਿਕਵਰੀ ਕਰਕੇ ਹੀਰੋਨ ਦੀ ਲੈਂਦੀ ਆ ਔਰ ਇਹਦੇ ਅੱਜ ਆਪਾਂ ਜਿਹੜਾ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਔਰ ਇਹਨਾਂ ਦਾ ਵੱਧ ਤੋਂ ਵੱਧ ਮਾਨਯੋਗ ਕੋਰਟ ਕੋਲ ਰਿਮਾਂਡ ਜਿਹੜਾ ਉਹ ਰਿਮਾਂਡ ਕਰਾਂਗੇ, ਰਿਮਾਂਡ ਲੈ ਕੇ ਅਤੇ ਆਪਾਂ ਕਰਾਂਗੇ। ਟੋਟਲ ਇਹ 4 ਨੇ ਜੀ, ਜਿਹਦੇ 'ਚ ਇੱਕ ਜਿਹੜਾ ਹੈ ਜਿਹਦੀ ਜ਼ਮੀਨ ਪੈਂਦੀ ਸੀ ਤਾਰਾਂ ਤੋਂ ਬਾਹਰ, ਇੱਕ ਉਹ ਹੈ, ਬਾਕੀ 3 ਸਕੇ ਭਰਾ ਨੇ ਜਿਹੜਾ ਕਿ ਨੈਟਵਰਕ ਸਾਰਾ ਚਲਾ ਰਹੇ ਸੀ। ਇਹਨਾਂ ਦਾ ਤਰੀਕਾ ਇਹ ਸੀ ਜੀ, ਜਿਹੜਾ ਇੱਧਰੋਂ ਫਾਜ਼ਿਲਕਾ ਫਿਰੋਜ਼ਪੁਰ ਤੋਂ ਜਿਹੜੇ ਕੋਈ ਇੰਪਲਾਈ ਜਾਂਦੇ ਨੇ ਮਾਝੇ ਦੇ ਵਿੱਚ, ਕੋਈ ਟੀਚਰ ਨੇ ਜਾਂ ਹੋਰ ਕੋਈ ਇੰਪਲਾਈ ਨੇ, ਇਹਨਾਂ ਨੇ ਇੱਕ ਦੋ ਗੱਡੀਆਂ ਪਾ ਰੱਖੀਆਂ ਨੇ ਮਹਿੰਦਰਾ ਟਰੈਕਸ, ਉਹਦੇ 'ਚ ਇਹ ਉਹਨਾਂ ਨੂੰ ਚੜ੍ਹਾ ਕੇ ਅਤੇ ਨਾਲ ਹੀ ਉਹਦੇ ਵਿੱਚ ਲੁਕਾਸ਼ ਪਾ ਕੇ ਇੱਧਰੋਂ ਉਸ ਟਰਾਂਸਪੋਰਟ ਜਿਹੜੀ ਹੈਗਾ ਮਾਝੇ ਸਾਈਡ ਨੂੰ ਕਰਦੇ ਸੀ। ਉੱਥੇ ਫਿਰ ਇਹ ਬੰਦੇ ਨੂੰ ਬੁਲਾ ਕੇ ਆਪਣੇ ਜਿਹੜੇ ਨੈਟਵਰਕ ਦੇ ਬੰਦੇ ਆ ਅਤੇ ਉਹਨਾਂ ਨੂੰ ਜਿਹੜੀ ਆ ਗਾਂ ਹੈਂਡਓਵਰ ਕਰਦੇ ਸੀ, ਉਹ ਗਾਂ ਵੱਖ ਵੱਖ ਥਾਂ 'ਤੇ ਸਪਲਾਈ ਕਰਦੇ ਸੀ। ਇੰਪਲਾਈ ਦਾ ਹਾਂ ਬਿਲਕੁਲ ਕਹਿ ਸਕਦੇ ਆ, ਉਹਨਾਂ ਦੀ ਆੜ 'ਚ ਸਾਰਾ ਹੋ ਰਿਹਾ ਸੀ। ਔਰ ਮੈਂ ਸਪੈਸੀਫਿਕਲੀ ਦੱਸਣਾ ਚਾਹੁੰਦਾ ਕਿ ਇਹ ਇੱਕ ਬੜਾ ਹੀ ਵੱਡਾ ਨੈਟਵਰਕ ਸੀ ਜਿਹੜਾ ਕਿ ਬਾਰਡਰ ਦੇ ਨਾਲ ਨਾਲ ਮਾਝਾ, ਮਾਲਵਾ ਤੇ 8-10 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮੇਨ ਕੰਜਮਪਸ਼ਨ ਹੋ ਰਹੀ ਆ ਉਹਦੀ ਮੇਨ ਸਪਲਾਈ ਇਹ ਗਰੁੱਪ ਕਰ ਰਿਹਾ ਸੀ, ਜਿਹੜਾ ਕਿ ਸਾਡੀ ਰਡਾਰ 'ਤੇ ਜਿਹਨੂੰ ਕੱਲ੍ਹ ਆਪਾਂ ਜਿਹੜਾ ਕਾਬੂ ਕਰਕੇ ਤੇ ਆ